You're listening to CNN Toronto, Chawla News Network Toronto. ਨੂੰ ਸਤਿ ਸ੍ਰੀ ਅਕਾਲ ਪ੍ਰਿਆ ਜੀ, ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ, ਠੀਕ ਹੋ? ਬੜੀ ਕਿਰਪਾ ਜੀ। ਪਹਿਲੀ ਪੇਸ਼ੀ ਜਾਰ ਛੁੱਟ ਜੇ ਲੱਡੂ ਵੰਡ ਦੀ ਕਚਹਿਰੀ ਵਿੱਚੋਂ ਆਵਾਂ। ਬਿਲਕੁਲ ਲੱਗਦਾ ਕਿ ਪੇਸ਼ੀਆਂ ਤੇ ਪੇਸ਼ੀਆਂ ਪੈਣਗੀਆਂ, ਜਿਵੇਂ ਇੱਥੇ ਖਹਿਰਾ ਸਾਹਿਬ ਦੀਆਂ ਪਈਆਂ ਜਾਂ ਹੋਰਾਂ ਦੀਆਂ ਵੀ ਪਈਆਂ। ਹਾਂਜੀ, ਪਰ ਹੁਣ ਇੱਥੇ ਪੇਸ਼ੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਕੀ ਕਹਿਣਾ ਚਾਹੋਗੇ? ਨਹੀਂ ਮਿਲੀ ਰਾਹਤ। ਪਹਿਲੀ ਗੱਲ ਤੇ ਇਹ ਆ ਵੀ ਕੇਜਰੀਵਾਲ ਸਾਹਿਬ ਨੇ ਅੱਜ ਖੁਦ ਇੰਨੀ ਗੱਲ ਕਹੀ ਜੱਜ ਸਾਹਿਬ ਨੂੰ, ਜੱਜ ਸਾਹਿਬ ਜਿੰਨਾ ਵੀ ED ਰਿਮਾਂਡ ਮੰਗਦੀ ਦੇ ਦਿਓ ਇਹਨਾਂ ਨੂੰ। ਆਖੋ, ਮੈਂ ਇਹਨਾਂ ਦੇ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ ਹਾਂ। ਇੱਕ ਪਾਸੇ ਕਹਿੰਦੇ ਕੁਛ ਬਰਾਮਦ ਨਹੀਂ ਹੋਇਆ ਤੇ ਦੂਜੇ ਪਾਸੇ ਮੈਨੂੰ ਫੜ ਕੇ ਕਿੰਝ ਰੱਖਿਆ ਫਿਰ ਇਹਨਾਂ ਨੇ? ਪਰ ਮੈਂ ਚੁੱਕੂੰਗਾ ਨਹੀਂ। ਉਹਨਾਂ ਨੇ ਕਿਹਾ ਕੀ ਹੈ, ਇਹ BJP ਜੀ ਐਕਸਟੋਰਸ਼ਨ ਏਜੰਸੀ ਆ। ਅਦਾਲਤ ਚ ਕਿਹਾ ਉਹਨਾਂ ਨੇ ਕਿ ਜਬਰੀ ਵਸੂਲੀ ਰੈਕਟ ਆਏ, ਇਹ ਕੋਈ ਜਾਂਚ ਏਜੰਸੀ ਨਹੀਂ। ਇਹ ਬੜੀ ਵੱਡੀ ਗੱਲ ਕਹੀ ਉਹਨਾਂ ਨੇ ਉੱਥੇ ਬਕਾਇਦਾ ਤੌਰ ਤੇ। ਔਰ ਜਦੋਂ ਪੱਤਰਕਾਰ ਨੇ ਪੁੱਛਿਆ ਵੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦਾ, ਕਹਿੰਦਾ ਜੀ ਪੰਜਾਬ ਦੇ ਲੋਕ ਨੇ, ਜਨਤਾ ਹੈ, ਉਹ ਬੜੀ ਸਿਆਣੀ ਹੈ, ਉਹ ਆਪੇ ਜਵਾਬ ਦੇਗੀ, ਮੈਨੂੰ ਜਵਾਬ ਦੇਣ ਦੀ ਲੋੜ ਨਹੀਂ ਕਿਸੇ ਨੂੰ। ਇੱਥੋਂ ਤੱਕ ਜਦੋਂ ਉਹਨਾਂ ਦੇ ਵਕੀਲ ਨੇ ਵੀ ਇੰਨੀ ਗੱਲ ਕਹੀ ਕਿ ਸਾਨੂੰ ਕੋਈ ਇਤਰਾਜ਼ ਨਹੀਂ, ਜਿੰਨਾ ਇਹ ਰਿਮਾਂਡ ਮੰਗਦੇ ਦੇ ਦਿਓ। 7 ਦਿਨ ਦਾ ਰਿਮਾਂਡ ਮੰਗਿਆ, 4 ਦਿਨ ਦਾ ਰਿਮਾਂਡ ਮਿਲ ਗਿਆ। ਪਹਿਲੀ ਤੱਕ ਰਿਮਾਂਡ ਦੇਣੇ, ਵੱਧ ਤੋਂ ਵੱਧ 2 ਦਿਨ ਦਾ ਰਿਮਾਂਡ ਹੋ ਦੇਣਗੇ। ਇਦੋਂ ਵੱਧ ਰਿਮਾਂਡ ਨਾ ਉਹਨਾਂ ਮੰਗਣਾ ਤੇ ਨਾ ਉਹਨਾਂ ਦੇਣਾ। ਜੋ ਠੋਕ ਕੇ ਅਗਲੇ ਨੇ ਕਹਿ ਤਾ ਜਿੰਨਾ ਮੰਗਦੇ ਦੇ ਦਿਓ ਜੀ, ਮੈਂ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ। ਪਰ ਮੈਂ ਕੁਛ ਨਹੀਂ ਕੀਤਾ, ਇਹ ਸਿਰਫ ਐਕਸਟੋਰਸ਼ਨ ਏਜੰਸੀ ਆ, ਉਹ ਰੈਕਟ ਕਰ ਰਹੀ ਹੈ ਇਹ BJP ਦੀ, ਕਿਉਂਕਿ ਰੈਕਟ ਉਹਨਾਂ ਨੇ ਕੀਤੇ ਆ। ED ਜਿਹੜੀ ਸੀ ਇਹ ਬਕਾਇਦਾ ਤੌਰ ਤੇ ਕਾਰਪੋਰੇਟ ਨੂੰ ਪਰੇਸ਼ਾਨ ਕਰਦੀ ਸੀ ਤੇ ਉਹ ਫਿਰ ਇਹਨਾਂ ਨੂੰ ਫੰਡ ਦਿੰਦੇ ਸੀ, ਫਿਰ ਬੌਂਡ ਖਰੀਦਦੇ ਸੀ ਇਹਨਾਂ ਦੇ। ਇਸੇ ਕਰਕੇ ਇਹਨਾਂ ਨੂੰ ਇੰਨੇ ਇੰਨੇ ਜਿਹੜੇ ਉਹ ਪੈਸੇ ਮਿਲੇ ਨੇ। ਕੋਈ ਜਵਾਬ ਨਹੀਂ ਕਿਸੇ ਕੋਲ ਇਹਨਾਂ ਗੱਲਾਂ ਦਾ ਹੈਗਾ। ਇਸ ਕਰਕੇ ਕੇਜਰੀਵਾਲ ਸਾਹਿਬ ਨੇ ਬੜਾ ਠੋਕ ਵਜਾ ਕੇ ਅੱਜ ਉੱਥੇ ਆਪਣਾ ਜਿਹੜਾ ਸੀ ਆਪਣਾ ਕੇਸ ਆਪ ਲੜਿਆ, ਵਕੀਲ ਤੇ ਹੈਗੇ ਸੀਗੇ, ਆਪਣੇ ਸਵਾਲ ਜਵਾਬ ਆਪ ਕੀਤੇ ਨੇ। ਹੁਣ ਵੇਖੋ ED ਕੀ ਜਵਾਬ ਦਿੰਦੀ। ED ਕਹਿੰਦੀ ਹੈ ਜੀ ਇਹਨਾਂ ਨੇ ਸਾਨੂੰ ਆਪਣੇ ਮੋਬਾਈਲ ਦਾ ਜਿਹੜਾ ਉਹ ਜਿਹੜਾ ਵਾ ਕੋਡ ਨਹੀਂ ਦਿੱਤਾ ਅਜੇ ਤੱਕ, ਅਸੀਂ ਕੋਡ ਲੈ ਕੇ ਤੇ ਉਹਦੀ ਜਾਂਚ ਕਰਨੀ ਆ। ਕਹਿੰਦਾ ਹੁਣੇ ਕੋਡ ਲਾਓ ਜੀ, ਦੱਸੋ ਕਿਹੜਾ ਕੋਡ ਦਿੰਦਾ ਮੈਂ, ਦੱਸਾਂ ਦੱਸੋ ਕੋਡ, ਮੈਂ ਤੁਹਾਨੂੰ ਦੱਸਦਾ ਕਿਹੜਾ ਕੋਡ ਹੈਗਾ, ਦੱਸਿਆ ਨੀ ਦੱਸਿਆ, ਸਭ ਕੁਛ ਦੱਸਿਆ ਇਹਨਾਂ ਨੂੰ। ਮੈਂ ਇਹ ਜਾਣ ਕੇ ਬਹਾਨੇਬਾਜ਼ੀਆਂ ਕਰਦੇ ਆ ਤੇ ਦੂਜੇ ਪਾਸੇ ਉਹਨਾਂ ਦੀ ਪਤਨੀ ਨੇ ਇਹ ਗੱਲ ਕਹੀ ਆ ਵੀ ਕੇਜਰੀਵਾਲ ਸਾਹਿਬ ਦੀ ਸ਼ੂਗਰ ਬੜੀ ਲੋਅ ਹੋ ਗਈ ਹੈ, ਜੇ ਕੋਈ ਨੁਕਸਾਨ ਹੋ ਗਿਆ ਤਾਂ ਪੜਿਆ ਬਚਾ ਲਿਆ। ਕੇਜਰੀਵਾਲ ਦਾ ਬੇਟਾ ਵੀ ਉੱਥੇ ਹਾਜ਼ਰ ਸੀਗਾ, ਉਹਨਾਂ ਦੀ ਪਤਨੀ ਵੀ ਹਾਜ਼ਰ ਸੀ, ਵਕੀਲ ਵੀ ਹਾਜ਼ਰ ਸੀਗਾ ਤੇ ਕੇਜਰੀਵਾਲ ਸਾਹਿਬ ਨੂੰ ਅਦਾਲਤ ਨੇ ਉਹਨਾਂ ਦੇ ਬੱਚਿਆਂ ਨੂੰ, ਉਹਨਾਂ ਦੀ ਪਤਨੀ ਨੂੰ ਤੇ ਵਕੀਲ ਨੂੰ ਰੋਜ਼ ਮਿਲਣ ਦੀ ਇਜਾਜ਼ਤ ਦਿੱਤੀ ਹੈ। ED ਦੀ ਹਿਰਾਸਤ ਤੁਸੀਂ ਰੋਜ਼ ਆ ਕੇ ਮਿਲ ਸਕਦੇ ਹੋ, ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ, ਉਹਨਾਂ ਦੀ ਸੁਣ ਸਕਦੇ ਹੋ, ਆਪਣੀ ਦੱਸ ਸਕਦੇ ਹੋ। ਇਸ ਕਰਕੇ ਕੇਜਰੀਵਾਲ ਨੇ ਅੱਜ ਖਰੀਆਂ ਖਰੀਆਂ ਸੁਣਾਈਆਂ ਮੈਂ ED ਨੂੰ ਤੇ ED ਕੋਲ ਕੇਜਰੀਵਾਲ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਸੀਗਾ। ਬਸ ਇੰਨੀ ਗੱਲ ਕਹੀ ਜੀ ਅਸੀਂ ਕੋਡ ਲੈਣਾ, ਕੋਡ ਲੈ ਕੇ ਪੁੱਛ ਪੜਤਾਲ ਕਰਨੀ, ਸਮਾਂ ਦਿੱਤਾ ਜਾਵੇ। ਕਿਹੜਾ ਫੋਨ ਹੈ ਜਿਹਦਾ ਕੋਡ ਮੰਗ ਰਹੀ ਹੈ ਤੇ ਕੇਜਰੀਵਾਲ ਸਾਹਿਬ ਨੇ ED ਤੇ ਜੋ ਐਲੀਗੇਸ਼ਨ ਐਕਸਟੋਰਸ਼ਨ ਦਾ ਲਾ ਦਿੱਤਾ ਹੈ, ਇੱਕ ਬੜਾ ਵੱਡਾ ਧੱਬਾ ਹੈ। ਔਰ ਕੁਝ ਨਿਆਂ ਪਾਲਿਕਾ ਦੇ ਬਾਰੇ ਵੀ ਖਬਰਾਂ ਆਈਆਂ ਨੇ, ਉਹ ਅਗਲੇ ਸਿੱਚ ਕਰਦੇ ਹਾਂ। ED ਜੇਕਰ ਐਕਸਟੋਰਸ਼ਨ ਵਾਲੀ ਗੱਲ ਕੀਤੀ ਹੈ ਤਾਂ ਜੇ ਇਹਨੂੰ ਆਪਾਂ ਥੋੜ੍ਹਾ ਜਿਹਾ ਹੋਰ ਖਿੱਚ ਲਈਏ ਤੇ ਪੰਜਾਬ ਆ ਜਾਈਏ। ਖਬਰਾਂ ਨੇ ਕਿ ਭਗਵੰਤ ਮਾਨ CM ਦੀ ਸਰਕਾਰ ਤੇ ਸੰਕਟ ਦੇ ਬੱਦਲ ਨੇ, ਇਹ ਸਾਰੇ ਜਿਹੜੇ ਬਣਵੇਂ ਨੇ ਜਾਂ ਬਣਵਿਆਂ ਤੋਂ ਇਲਾਵਾ ਜਿਹੜੇ ਕਾਂਗਰਸੀ ਨੇ ਜਾਂ ਅਕਾਲੀ ਨੇ, ਦੁੱਧ ਧੋਤੇ ਤਾਂ ਹੈ ਨਹੀਂ, ਹਮਾਮ 'ਚ ਨੰਗੇ ਨੇ। ਹਾਂਜੀ, ਅਗਲਿਆਂ ਨੇ ਲੇਖੇ ਜੋਖੇ ਕੱਢ ਕੇ ਰੱਖੇ ਨੇ, ਕਿਹੜੇ ਵੇਲੇ ਕਿਹੜੇ ਰਾਜ ਦੇ ਵਿੱਚ ਕਿੱਥੋਂ ਸਫ਼ਰ ਸ਼ੁਰੂ ਕੀਤਾ ਰਾਜਨੀਤੀ ਦਾ, ਅਤੇ ਕਿੰਨੀਆਂ ਕਿੰਨੀਆਂ ਕੋਠੀਆਂ ਦੇ ਕਿੰਨੀਆਂ ਕਿੰਨੀਆਂ ਜਾਇਦਾਦਾਂ ਧਨ ਦੌਲਤ ਬਣਾ ਲਏ। ਇਹ ਖੁੱਲ੍ਹਣੇ ਚਾਹੀਦੇ ਨੇ, ਕੱਚੇ ਚਿੱਠੇ ਭਾਵੇਂ ਕਿਸੇ ਤਰੀਕੇ ਦੇ ਨਾਲ ਰਾਹ ਧਮਕਾ ਕੇ ਤਾਂ ਨਹੀਂ, ਪਰ ਜਿਹਨੇ ਗਲਤ ਕੰਮ ਕੀਤਾ। ਹਾਂਜੀ,
ਭਗਵੰਤ ਮਾਨ ਸਰਕਾਰ ਤੇ ਸੰਕਟ ਦੇ ਬਦਲ। ਮੈਂ ਇਹਨੂੰ ਲਿੰਕ ਇਸ ਕਰਕੇ ਕਰ ਰਿਹਾ ਕਿ ਕਿਸੇ ਵੇਲੇ ਦੇਸ਼ ਦੀਆਂ ਦੋ ਵਿਧਾਨ ਸਭਾਵਾਂ ਹੋ ਸਕਦੀਆਂ ਨੇ ਭੰਗ। ਪਤਾ ਲੱਗਾ ਹੈ ਭਰੋਸੇਯੋਗ ਸੂਤਰਾਂ ਤੋਂ ਕਿ 18 ਵਿਧਾਇਕਾਂ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਦੇ ਚਰਚੇ ਨੇ ਗਲੀ 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 ਦੇ ਵਿੱਚ। 30 ਹੋਰ ਹਾਈਕਮਾਂਡ ਦੇ ਸੰਪਰਕ ਵਿੱਚ ਨੇ। 18 ਤੇ 30 48 ਤੇ ਅਜੇ ਬਾਬੇ ਦੀ ਕਿਰਪਾ ਦੇ ਨਾਲ ਦੂਜੇ ਪਾਸੇ ਬਥੇਰੇ ਨੇ। ਕੀ ਕਹਿਣਾ ਚਾਹੋਗੇ? 48 ਤੇ 18 66 66 ਤੇ 2 68 ਤੇ ਸਰਕਾਰ ਆਟੋਮੈਟਿਕਲੀ ਘੱਟ ਗਿਣਤੀ ਜਾਗੀ। ਬਿਲਕੁਲ ਸਹੀ। ਹੁਣ ਇਸ ਵੇਲੇ ਚਰਚੇ ਨੇ, ਅਸੀਂ ਨੀ ਕਹਿੰਦੇ ਮਿਲੇ ਨੇ, ਇਹ ਚਰਚੇ ਦੇ ਔਰ ਇਹ ਆਮ ਤੌਰ ਤੇ ਜਿਹੜੇ ਪੋਲੀਟੀਕਲ ਬੰਦੇ ਉਹਨਾਂ ਤੇ ਚਰਚਾਵਾਂ ਸ਼ੁਰੂ ਹੋ ਗਈਆਂ ਵੀ 18 ਵਿਧਾਇਕ ਗੁਪਤ ਤੌਰ ਤੇ ਬਕਾਇਦਾ ਤੌਰ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜਿਹਨੂੰ ਆ ਜਿਹੜੀ ਭਾਜਪਾ ਆਪਣਾ ਚਣਕਿਆ ਕਹਿੰਦੀ ਹੈ ਉਹਨਾਂ ਮੁਲਾਕਾਤ ਕਰ ਰਹੇ ਨੇ ਜੀ। 18 ਅੱਗੇ ਲਾਈਨ ਚ ਲੱਗਿਆ ਔਰ ਮੈਂ ਇਹ ਸਪਸ਼ਟ ਕਰਦਿਆਂ ਚਾਵਲਾ ਸਾਹਿਬ, ਇੱਕ ਵਿਧਾਇਕ ਗਿਆ ਜਿਹਨੇ ਆਪਣਾ ਦਿੱਲੀ ਜਾ ਕੇ ਬਕਾਇਦਾ ਤੌਰ ਤੇ ਬੜੀ ਧੜੇ ਨਾਲ ਪੋਸਟ ਪਾਈ ਸੀ ਵੀ ਬਿਲਕੁਲ ਬਕਵਾਸ ਆ, ਮੈਂ ਕਿਸੇ ਭਾਜਪਾ ਪੁੱਜਣ ਜਾ ਰਿਹਾ, ਮੈਂ ਜਿੱਥੇ ਹੈਗਾ ਮੇਰੀ ਆਮ ਆਦਮੀ ਪਾਰਟੀ ਜਿਹੜੀ ਉਹ ਬੁਲੰਦ ਸਥਿਤੀ ਦੇ ਵਿੱਚ ਆ, ਮਾਨ ਸਾਹਿਬ ਸਾਡੇ ਆਗੂ ਨੇ, ਕੇਜਰੀਵਾਲ ਸਾਹਿਬ ਸਾਡੇ, ਮੈਂ ਉੱਥੇ ਹੀ ਹਾਂ। 7 ਦਿਨ ਦਿੱਲੀ ਰਹਿ ਕੇ ਆਇਆ ਤੇ ਕਹਿੰਦਾ ਜੀ ਮੈਂ ਤੇ ਘਰੇਲੂ ਕੰਮ ਜੀ ਆਇਆ ਇੱਥੇ ਦਿੱਲੀ ਆਪਣੇ, ਲੇਕਿਨ 8ਵੇਂ ਦਿਨ ਆ ਕੇ ਕਹਿਤਾ ਜੀ ਮੈਂ ਤੇ ਭਾਜਪਾ ਜੁਆਇਨ ਕਰ ਲਈ। ਇੱਕ ਚਲਾ ਗਿਆ, ਜੇ 10 ਬੰਦੇ ਹੋਰ ਆ ਗਏ ਤੇ ਫਿਰ ਵੇਖਿਓ ਬਣਦਾ ਇੱਥੇ ਕੀ, ਫਿਰ ਲੜੀ ਸ਼ੁਰੂ ਹੋ ਜੂਗੀ, ਫਿਰ ਬਰਾਤ ਸਾਰੀ ਸਾਰੀ ਇੱਕ ਪਾਸੇ ਹੋ ਜੂਗੀ। 22 ਕੱਲ ਰੇਡ ਕੀਤੇ ਸੀ ਇਹਨਾਂ ਨੇ ਪੰਜਾਬ ਦੇ ਵਿੱਚ, ਜੇ ਇੰਨੇ ਕਰੋੜ ਕਰਦੇ ਤੇ ਬਹੁਤੇ ਤੇ ਵਿਚਾਰੇ MLA ਵੈਸੇ ਟਰੱਕ ਕਰ ਲਏ, ਉਹਨਾਂ ਕਹਿਣਾ ਅਸੀਂ ਕਿ ਲੈਣਾ ਇਹਦੇ ਵਿੱਚੋਂ ਜੀ, ਗਾਹ ਨਾ ਸਾਨੂੰ ਟਿਕਟ ਮਿਲਣੀ ਤੇ ਨਾ ਅਸੀਂ ਕਾਮਯਾਬ ਹੋਣਾ, ਜੋ ਮਿਲ ਗਿਆ ਜਿੰਨਾ ਵੱਟਿਆ ਉਹਨਾਂ ਖੱਟਿਆ। ਆਹੀ ਗੱਲ ਫੜ ਰਹੀ ਨਾ ਤੁਸੀਂ ਵੀ ਜੋ ਵੱਟਿਆ ਉਹੀ ਖੱਟਿਆ, ਖੱਟ ਵੀ ਲਿਆ, ਇਹ ਤਾਂ ਹੈ ਨਹੀਂ ਕਿ ਦੁੱਧ ਧੋਤੇ ਨੇ ਸਾਰੇ। ਹਾਂਜੀ ਦੁੱਧ ਧੋਤੇ ਨੇ ਸਾਰੇ, ਇਹ ਤਾਂ ਹੈ ਨਹੀਂ, ਕਿਤੇ ਨਾ ਕਿਤੇ ਜਿਹਦਾ ਜਿੱਥੇ ਦਾ ਲੱਗਦਾ ਉਹ ਜਿਹੜਾ ਜੀ ਫੜਿਆ ਗਿਆ ਅਤੇ ਚੋਰ ਨਹੀਂ ਤਾਂ ਸਾਧ। 18 ਅਤੇ 30 48 ਬਾਕੀ ਦੀ ਗਿਣਤੀ ਤੁਸੀਂ ਖੁਦ ਕਰਾ ਦਿੱਤੀ ਹੈ। ਹੁਣ ਜੇ ਪੰਜਾਬ ਦੇ ਵਿੱਚ ਕੋਈ ਜਿੱਦਾਂ ਕੇਜਰੀਵਾਲ ਦਾ ਵੱਡੇ ਵੱਡੇ ਕੱਦ ਵਾਲਾ ਨੇਤਾ ਜਿਹੜਾ ਕੇਜਰੀਵਾਲ ਜੇਲ੍ਹ ਦੇ ਵਿੱਚ ਨੇ, 4 ਉਹਦੇ ਹੋਰ ਮੰਤਰੀ ਜੇਲ੍ਹ ਦੇ ਵਿੱਚ ਨੇ, ਪੰਜਾਬ ਦੇ ਵਿੱਚ ਵੀ ED ਦੇ ਜਿਹੜੇ ਨੇ ਜਿਹਨੂੰ ਕੇਜਰੀਵਾਲ ਸਾਹਿਬ ਨੇ ਬੜੀ ਖਤਰਨਾਕ ਜਿਹੜਾ ਖਿਤਾਬ ਦੇ ਦਿੱਤਾ, ਠੱਪਾ ਲਾ ਦਿੱਤਾ, ਉਹ ਕਿਤੇ ਇਸ ਤਰ੍ਹਾਂ ਦਾ ਐਕਸ਼ਨ ਕਿਤੇ ਪੰਜਾਬ 'ਚ ਹੋ ਜਾਂਦਾ ਤਾਂ ਫਿਰ ਵਾਕਿਆ ਤੁਸੀਂ ਕਿਹਾ ਕਿ ਲੜੀ ਲੱਗ ਜਾਣੀ ਆ, ਪੋਸੀਬਿਲਟੀ ਹੈ ਜੀ। ਪਿਛਲੇ 15 ਦਿਨਾਂ ਤੋਂ ਸਾਡੇ ਵਿੱਤ ਮੰਤਰੀ ਸਾਹਿਬ ਹਰਪਾਲ ਸਿੰਘ ਚੀਮਾ ਚੁੱਪ ਨੇ, ਇੱਕ ਵੀ ਬਿਆਨ ਉਹਨਾਂ ਦਾ ਨਹੀਂ ਹੈਗਾ, ਇੱਕ ਵੀ ਬਿਆਨ। ਕੇਜਰੀਵਾਲ ਦੀ ਗ੍ਰਿਫਤਾਰੀ ਤੇ ਰਾਘਵ ਜਿਹੜਾ ਸਭ ਤੋਂ ਪਹਿਲਾਂ ਬੋਲਣਾ ਉਹ ਕਿਉਂ ਨਹੀਂ ਬੋਲਿਆ ਜੀ? ਇੱਥੇ ਹੁਣ ਹਨੀਮੂਨ ਤੇ ਆ, ਬੋਲੋ ਜੀ। ਹਰੀਮੂਲ ਤੇ ਨਹੀਂ, ਕਹਿੰਦੇ ਜੀ ਉਹ 10 ਰੁਪਏ ਕਰਾਉਣਗੇ ਸੀ, ਪਤਾ ਲੱਗਾ ਉਹ ਦਿੱਲੀ ਪਰਸੋਂ ਦੇ ਆ ਚੁੱਕੇ ਨੇ। ਅੱਛਾ ਚਲੋ ਠੀਕ, ਤੇ ਜੇ ਉਹ ਆ ਗਏ ਰਹਿੰਦੇ ਫਿਰ ਕਿਉਂ ਨਹੀਂ ਬੋਲਦੇ? ਡਰਦੇ ਨੇ ਭਾਈ? ਜੇ ਤੁਸੀਂ ਵਾਕਿਆ ਕੇਜਰੀਵਾਲ ਦੇ ਸਾਥੀ ਹੋ ਤੇ ਫਿਰ ਕੇਜਰੀਵਾਲ ਦਮ ਰੱਖੋ, ਜੇ ਉਹ ਪੇਸ਼ ਹੋ ਗਿਆ ਠੀਕ ਹੈ, ਫੜ ਲਿਆ ਉਹਨੂੰ ਤੇ ਠੋਕ ਕੇ ਕਿਹਾ ਵੀ ਜਿੰਨਾ ਮੰਗਦੇ ਰਮਾਨ ਦਿਓ ਜੀ ਮੈਂ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ ਲੈਂਦਾ। ਤੁਸੀਂ ਕਿਉਂ ਡਰਦੇ ਹੋ? ਅਮਨ ਅਰੋੜਾ ਚੁੱਪ ਆ, ਕਿਹੜਾ ਮੰਤਰੀ ਬੋਲ ਰਿਹਾ ਪੰਜਾਬ ਦੇ ਵਿੱਚ? ਸਭ ਤੋਂ ਵੱਡੀ ਗੱਲ ਮੈਂ ਪਹਿਲਾਂ ਵੀ ਕਿਹਾ ਸੀ ਵੀ ਆਬਕਾਰੀ ਮੰਤਰੀ ਸਾਡੇ ਹਰਪਾਲ ਸਿੰਘ ਚੀਮਾ ਵਿੱਚ ਜਿੰਨੀਆਂ ਉਹ ਦਿੱਲੀ 'ਚ ਮੀਟਿੰਗਾਂ ਹੋਈਆਂ ਉਹਨਾਂ 'ਚ ਸ਼ਮੂਲੀਅਤ ਰਹੀ ਆ। ਆਬਕਾਰੀ ਦੇ ਅਧਿਕਾਰੀਆਂ ਨੂੰ ਫਿਰ ਨੋਟਿਸ ਜਾਰੀ ਹੋ ਗਿਆ ਵੀ ਆਓ ਵੀ ਪੇਸ਼ ਹੋ ਕੇ ਦੱਸੋ, ਸਾਡੇ ਸਵਾਲਾਂ ਦਾ ਜਵਾਬ ਦਿਓ। ਹੁਣ ਮੈਂ ਕੱਲ੍ਹ ਵੀ ਗੱਲ ਕੀਤੀ, ਮੈਂ ਫਿਰ ਕਹਿੰਦਾ ਜੇ ਉਹ ਵਾਅਦਾ ਮਾਫ ਗਵਾਹ ਬਣ ਜਾਂਦੇ ਆ ਤੇ ਫਿਰ ਕਿਤੇ ਕਿਤੇ ਤੇ ਗੱਜ ਡਿੱਗੇਗੀ ਤੇ ਸਮਾਂ ਦੱਸੂਗਾ ਜੀ। 9058132090 ਸੀ ਇੱਥੇ, ਤੁਸੀਂ ਇੱਥੇ ਨੀ ਸੀਗੇ, ਮੇਰੇ ਸੀਗਾ। ਮੈਂ ਉਦਣ ਗੱਲ ਕੀਤੀ ਸੀ ਵੀ ਚੁੱਗ ਨੇ ਜਿਹੜਾ ਬਿਆਨ ਦਿੱਤਾ ਨਾ ਵੀ ਪੰਜਾਬ ਚ ਉਹ ਨੀਤੀ ਚਾਲੂ ਲਾਗੂ ਆ ਤੇ ਇੱਥੇ ਬੜੇ ਕੱਪਦੇ ਹੋਏ ਆ ਤੇ ਇੱਧਰ ਵੀ ED ਨੂੰ ਧਿਆਨ ਕਰਦੇ ਸੀ। ਮੈਂ ਉਦਣ ਹੀ ਕਿਹਾ ਸੀ, ਮੈਂ ਕਿਹਾ ਜਿਹੜਾ ਚੁੱਗ ਨੇ ਬਿਆਨ ਦਿੱਤਾ ਹੁਣ ਜ਼ਰੂਰ ਕੁਛ ਹੋਊਗਾ। ਬਸ 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 ਸਹੀ ਕਿਹਾ, ਸਹੀ ਕਿਹਾ, ਸਹੀ ਕਿਹਾ। ਇਹੋ ਜਿਹੇ ਮਸਲੇ 'ਤੇ ਪਹਿਲਾਂ ਆਮ ਆਦਮੀ ਪਾਰਟੀ ਦੇ ਕਾਰਕੁਨ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲਾਈਨਾਂ ਜਾਮ ਕਰ ਦਿੰਦੇ ਹੁੰਦੇ ਸੀ,
ਹੋਸਟ ਦਾ ਸਤਿਆਨਾਸ਼ ਕਰ ਦਿੰਦੇ ਹੁੰਦੇ ਸੀ, ਬੋਲੀਆਂ ਬੋਲ ਬੋਲ ਕੇ, ਵਿਹਣੇ ਮਾਰ ਮਾਰ ਕੇ, ਗਾਲਾਂ ਕੱਢ ਕੱਢ ਕੇ, ਤਖਲਸ ਦੇ ਦੇ ਕੇ। ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਸੋਝੀ ਜੀ ਆ ਗਈ ਆ ਕਿ ਭਾਈ ਨਹੀਂ ਭਗਤ ਨਾ ਬਣੀਏ, ਗਲਤੀ ਕਰ ਲਈ ਹੈ। ਮੈਂ ਤਾਂ ਸਾਡੇ ਇੱਥੇ ਧਾਲੀਵਾਲ ਸਾਹਿਬ ਨੇ ਉਹ ਸੋਸ਼ਲ ਨੈਟਵਰਕ ਮੀਡੀਆ 'ਤੇ ਕਾਫ਼ੀ ਪੋਸਟਾਂ ਪਾਉਂਦੇ ਨੇ, ਬੜੇ ਢੋਲ ਢਾਲ। ਉਹ ਇੱਕ ਸਭ ਤੋਂ ਜ਼ਿਆਦਾ ਰੰਗਲੀ ਜੀ ਪੱਗ ਬੰਨੀ ਸੀ ਨਾ, ਦਸਤਾਰ ਸਜਾਈ ਸੀ ਜੀ, ਢੋਲ ਵਜਾਉਂਦੇ ਗਏ ਸੀਗੇ। ਉਹ ਸਾਡੇ ਇੱਥੇ ਬੜੇ ਅੱਛੇ ਕੱਦ ਕਾਠ ਵਾਲੇ ਬਿਜ਼ਨਸਮੈਨ ਵੀ ਨੇ, ਚਲੋ ਹੁਣ ਬਿਜ਼ਨਸ ਤਾਂ ਨਸ਼ਾ ਕਰਦੇ ਹੋਣਗੇ ਸਾਈਡ 'ਤੇ, ਅਤੇ ਉਹ ਸਭ ਤੋਂ ਪਹਿਲਾਂ ਮਤਲਬ ਢੋਲ ਵਜਾ ਕੇ ਗਏ ਸੀ ਕਿ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ। ਮੈਂ ਉੱਥੋਂ ਗੱਲਾਂ ਬਾਤਾਂ ਵੀ ਕੀਤੀਆਂ ਸੀ ਇੱਕ ਦੋ ਵਾਰੀ ਉਹਨਾਂ ਨਾਲ, ਇੱਕ ਦੋ ਵਾਰੀ ਇੱਥੇ ਵੀ ਕੋਸ਼ਿਸ਼ ਮੇਰੀ ਰਹੀ ਹੈ। ਉਹਨਾਂ ਦਾ ਨਜ਼ਰੀਆ ਹੁਣ ਟੋਟਲੀ ਵੇਖ ਲਓ ਬਦਲਿਆ ਹੋਇਆ। ਉਸ ਤਰ੍ਹਾਂ ਦੀਆਂ ਜਿਹੜੀਆਂ ਵੱਡੀਆਂ ਵੱਡੀਆਂ ਸ਼ਖਸੀਅਤਾਂ ਨੇ ਖੁੱਡੇ ਲਾ ਦਿੱਤੀਆਂ ਨੇ ਕੇਜਰੀਵਾਲ ਸਾਹਿਬ ਦੀ ਇਸ ਸਰਕਾਰ ਨੇ, ਵੱਡੇ ਵੱਡੇ ਦਿੱਲੀ ਦੇ ਵਿੱਚ ਜਿਹੜੇ ਨੇ ਖੁੱਡੇ ਲਾ ਦਿੱਤੇ, ਪੰਜਾਬ ਦੇ ਵਿੱਚ ਖੁੱਡੇ ਲਾ ਦਿੱਤੇ। ਉਹਨਾਂ ਨੂੰ ਕਿਤੇ ਨਾ ਕਿਤੇ ਮਹਿਸੂਸ ਹੁੰਦਾ ਕਿ ਅਸੀਂ ਸ਼ਾਇਦ ਗਲਤ ਸਟੈਪ ਲੈ ਲਿਆ। ਨਹੀਂ, ਗਲਤ ਸਟੈਪ ਤਾਂ ਨਹੀਂ, ਉਹ ਇੱਕ ਆਸ ਦੇ ਨਾਲ ਕਿ ਯਾਰ ਉੱਤਰ ਕਾਟੋਂ ਮੈਂ ਜਿਹੜਾ ਅਕਾਲੀ ਆ ਜਾਂਦੇ, ਕਾਂਗਰਸੀ ਆ ਜਾਂਦੇ, ਪੰਜਾਬ ਦੇ ਵਿੱਚ ਤੀਜਾ ਬਦਲ ਆਉਣਾ ਚਾਹੀਦਾ। ਹੁਣ ਤੀਜਾ ਬਦਲ ਪੰਜਾਬ ਦੇ ਵਿੱਚ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਉਹ ਵਾਕਈ ਬਦਲਾਅ ਹੈ ਜਾਂ ਆਪਣਾ ਹੀ ਬਦਲਾਅ ਕਰਦੇ ਫਿਰਦੇ ਨੇ, ਦੈਟਸ ਅ ਡਿਫਰੈਂਟ ਸਟੋਰੀ। ਹੁਣ ਕਿਤੇ ਨਾ ਕਿਤੇ ਕੁਛ ਨਾ ਕੁਛ ਤਾਂ ਕਾਲਾ ਹੋਊਗਾ। ਚਾਰ ਮੰਤਰੀ ਕਿਤੇ ਹੈ ਕੋਈ, ਚਾਰ ਜੇਲ੍ਹ ਦੇ ਵਿੱਚ ਮੇਨ ਸਟ੍ਰੀਮ ਉਹਨਾਂ ਦਾ ਜਿਹੜਾ ਉੱਥੋਂ ਦਾ ਜਿਹੜਾ ਮਤਲਬ ਲੀਡਰ ਜਿਹੜੇ ਨੇ, ਚਾਰ ਦੇ ਪੰਜ ਹੋ ਗਏ ਨੇ ਹੁਣ ਤਾਂ, ਪੰਜਵੇਂ ਛੇਵੇਂ ਦੀ ਪੰਜਾਬ 'ਚੋਂ ਵਾਰੀ ਆਉਣ ਵਾਲੀ ਕਦੇ ਦੀ। ਆਬਕਾਰੀ ਨੀਤੀ ਦੇ ਵਿੱਚ ਹੁਣ ਤੱਕ ਦਿੱਲੀ ਦੀ ਆਬਕਾਰੀ ਨੀਤੀ 'ਚ 15 ਵਿਅਕਤੀ ਅੰਦਰ ਨੇ, 15 ਦੀ ਇੱਕ ਨੂੰ ਵੀ ਜਮਾਨਤ ਨਹੀਂ ਲੈਣ ਦਿੱਤੀ ED ਨੇ, ਇੱਕ ਨੂੰ ਵੀ। ਚਲੋ ਖੱਜਲ ਖੁਆਰ ਹੋਣ ਤੋਂ ਬਾਅਦ ਵੈਸੇ ਦੀ ਹੈ 95% ED ਦੇ ਜਿਹੜੇ ਨੇ ਉਹ ਮਾਮਲੇ ਓਦਾਂ ਹੀ ਪਾਣੀ ਦੇ ਬੁਲਬੁਲੇ ਵਾਂਗੂ ਠੁੱਸ ਹੋ ਜਾਂਦੇ ਨੇ, 2-4-5% ਹੁੰਦੇ ਨੇ। ਪਰ ਇਹ ਖੱਜਲ ਖੁਆਰੀ ਬੜੀ ਹੈ, ਇਸ ਵਕਤ ਖੱਜਲ ਖੁਆਰੀ ਬੜੀ ਹੈ। ਇਸ ਵਕਤ ਮੌਜੂਦਾ ਜਿਹੜਾ ਗ੍ਰਾਫ ਹੈ ਆਮ ਆਦਮੀ ਪਾਰਟੀ ਦਾ, ਉਹ ਠਾਣੂ ਜਾ ਰਿਹਾ। ਲੋਕ ਸੋਚਦੇ ਨੇ ਚਾਵਲਾ ਸਾਹਿਬ ਦਿੱਲੀ ਦੇ ਵਿੱਚ ਬਕਾਇਦਾ ਤੌਰ ਤੇ ਇਹਨਾਂ ਨੇ 437 ਨਿਯੁਕਤੀਆਂ ਕੀਤੀਆਂ ਜੀ, ਤੇ 437 ਦੀਆਂ 37 ਜਿਹੜੇ ਸੀ LG ਨੇ ਰੱਦ ਕਰ ਦਿੱਤੀਆਂ ਜੀ। ਉਹ ਇਹਨਾਂ ਦੇ ਲੀਡਰਾਂ ਦੇ ਧੀਆਂ ਪੁੱਤ ਸੀਗੇ ਜੀ। ਦਰਗੇਸ਼ ਪਾਠਲ ਦੀ ਪਤਨੀ ਨੂੰ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਇੱਕ ਅਧਿਕਾਰੀ ਲਾਇਆ ਤੇ ਉਹਦੀ 2,20,000 ਤਨਖਾਹ ਸੀਗੀ। ਮੈਂ ਨੀ ਕਹਿ ਰਿਹਾ, ਤੁਹਾਨੂੰ ਮੈਂ ਵੀਡੀਓ ਭੇਜੀ, ਸੁਣ ਲਿਓ। ਇਹਨਾਂ ਦੇ 3 ਲੀਡਰ ਬੈਠੇ, ਉਹ ਲਿਸਟ ਕਿਹੜੇ ਜਿਹੜੇ ਦੱਸਣ ਡਿਆ ਵੀ ਆਹ ਫਲਾਣੇ ਦਾ ਰਿਸ਼ਤੇਦਾਰ, ਆਹ ਮੁੰਡਾ ਵਾ, ਭਤੀਜਾ ਵਾ, ਆਹ ਭਰਾ ਵਾ, ਆਹ ਬੰਦੇ ਨੇ ਜਿਹੜੇ ਲਾਏ ਇਹਨਾਂ ਨੇ ਉੱਥੇ। ਆਹ ਤੇ ਜਿਹੜੇ ਪੰਜਾਬ ਦੇ ਵਿੱਚ ਚੁਣ ਕੇ ਸਾਡੇ ਬਣਵੇਂ ਬੁੱਧੂਆਂ ਨੇ ਜਿਹੜੇ ਸਿਲੈਕਸ਼ਨ ਕੀਤੀ ਆ, ਜਿਹੜੇ ਉੱਚੇ ਅਹੁਦਿਆਂ ਤੇ ਬਿਠਾਏ ਨੇ, ਉਹ ਕਿਹਦੇ ਇਸ਼ਾਰੇ ਤੇ ਨੇ? ਪੰਜਾਬ ਦੇ ਵਿੱਚ ਜਿਹੜੀਆਂ ਪਟਵਾਰੀਆਂ ਦੀਆਂ ਭਰਤੀਆਂ ਹੋਈਆਂ ਨੇ, ਉਹ ਕਿਹਦੇ ਇਸ਼ਾਰਿਆਂ ਤੇ ਨੇ? ਹੈ ਨਹੀਂ, ਚਲੋ ਆਪਾਂ ਇੱਕ ਗੱਲ ਕਹਿੰਦੇ ਜੀ, ਭਗਵੰਤ ਮਾਨ ਦੀ ਅੱਜ ਤੱਕ ਉਹਦੀ ਅਸੀਂ ਨਾ ਨੀਤੀ ਤੇ ਨਾ ਨੀਅਤ ਤੇ ਸ਼ੱਕ ਨਹੀਂ ਕਰਦੇ, ਲੇਕਿਨ ਉਹਦੇ ਹੱਥ ਬੰਨੇ ਸੀ। ਉਹ ਜਿਹੜਾ ਤੀਸਰਾ ਟੇਬਲ ਸੀ ਦਿੱਲੀ ਬੈਠਾ, ਉੱਥੋਂ ਆਰਡਰ ਆਉਂਦੇ ਸੀ ਦੁਨੀਆਂ ਬੰਦੀਆਂ ਦਿੱਲੀਆਂ ਹੁੰਦੀਆਂ ਸੀ ਜੀ 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 ਜੀ। ਚਲੋ 3 ਟੇਬਲ ਤਾਂ ਤੁਸੀਂ ਮੰਨੇ ਆ, ਇੱਕ ਟੇਬਲ ਅੰਦਰ ਆ, ਇੱਕ ਦੰਦ ਦਾ ਆਪਰੇਸ਼ਨ ਕਰਾ ਕੇ ਆਇਆ ਤੇ ਚੁੱਪ ਆ, ਅਜੇ ਬੋਲਣ ਤੋਂ ਮਨਾ ਕੀਤਾ, ਤੇ ਜਿਹੜਾ ਇੱਕ ਹੈ ਉਹ ਤੁਸੀਂ ਦੱਸ ਚੁੱਕੇ ਹੋ। ਇਹਦੇ ਬਾਰੇ ਵੀ ਹੈ ਕਿ ਇਹ ਚਾਣਕਿਆ ਨੀਤੀ ਦੇ ਮਾਹਰ ਅਮਿਤ ਸ਼ਾਹ ਹੋਣਾਂ ਨਾਲ ਇਹਨਾਂ ਦੀਆਂ ਵੀ ਰਲੀਆਂ ਚੁੱਕਦੀਆਂ ਨੇ, ਅਤੇ ਜਿਹੜੇ ਤੁਸੀਂ ਕਿਹਾ ਕਿ 10 ਉੱਥੇ ਨੇ, ਬਾਕੀ ਉਹ ਜਿਹੜੇ ਨੇ, ਅਤੇ ਇਹਨਾਂ ਦੀਆਂ ਵੀ ਰਲੀਆਂ ਚੁੱਕ ਜਾਣਗੀਆਂ 18 ਵਿਧਾਇਕਾਂ ਦੀਆਂ, ਅਤੇ 30 ਹੋਰ ਨੇ, ਤਾਂ ਫਿਰ ਫਰਕ ਕੀ ਪੈਂਦਾ? ਜੇ ਉਹ ਕਹਿਣਗੇ ਵੀ ਸਾਡਾ ਲੀਡਰ ਜੇਕਰ ਉਹਨਾਂ ਦੇ ਨਾਲ ਹੈ, ਉਹਨਾਂ ਦੇ ਸੰਪਰਕ 'ਚ, ਤਾਂ ਸਾਨੂੰ ਸੰਪਰਕ ਰੱਖਣ 'ਚ ਕੀ ਹਰਜ ਆ? ਬਿਲਕੁਲ ਹੈ, ਬਿਲਕੁਲ ਠੀਕ ਹੋਇਆ। ਅੱਗੇ ਕੀ ਹੋਇਆ ਸੀਗਾ, ਕੱਲ ਨੂੰ ਸਰਕਾਰ ਬਦਲਦੀ ਆ, ਅਸੀਂ ਆਪਣੀ ਚਮੜੀ ਤੇ ਬਚਾਈਏ। ਇੱਕ ਰੋਪੜਵਾੜਾ MLA ਤੇ ਇੱਕ ਗੱਜਣਮਾਜਰਾ, ਹੋਇਆ ਕੀ ਸੀਗਾ? ਹਰਮੀਤ ਗੱਜਣਮਾਜਰਾ ਤੇ ਰੋਪੜ ਦਾ ਕੀ ਹੋਇਆ ਸੀਗਾ? ਰੋਪੜਵਾੜਾ MLA ਜਿਹੜਾ ਸੀ ਉਹ ਗਿਆ ਸੀ ਦਿੱਲੀ ਕੰਮ ਕਰਾਉਣ ਵਾਸਤੇ, ਤੇ ਮਗਲ ਹਰਮੀਤ ਗੱਜਣਮਾਜਰਾ ਚਲੇ ਗਿਆ, ਤੇ ਗੱਜਣਮਾਜਰਾ ਅਕਸਰ ਜਾਂਦਾ ਸੀਗਾ, ਤੇ ਹੁਣ ਜਿਹੜਾ ਦੂਜਾ ਚਲੇ ਗਿਆ ਉਹਨੂੰ ਜਾ ਕੇ ਵੇਖ ਲਿਆ, ਤੇ ਉਹਦੀ ਇੱਕ ਸ਼ਿਕਾਇਤ ਲਾਤੀ ਗੱਜਣਮਾਜਰਾ ਜਿਹੜਾ। ਗੱਜਣਮਾਜਰਾ ਉਹ ਭਗਵੰਤ ਮਾਨ ਦੀ ਜਿਹੜੀ ਵਾਈਫ ਆ ਗੁਰਪ੍ਰੀਤ ਕੌਰ, ਉਹਦਾ ਮਾਮਾ ਵਾ, ਸ਼ਿਕਾਇਤ ਲਾ ਜੀ ਤੇ ਦਿੱਲੀ ਕੰਮ ਕਰਾਉਣ ਗਿਆ, ਤੁਹਾਡੀ ਇੰਪਲੋਈ ਨੀ ਕਰਦਾ। ਉਹ ਨਾ ਇਹਨੂੰ ਪੁੱਛਣ, ਇਹਨੂੰ ਪਤਾ ਕਿਵੇਂ ਲੱਗਾ ਵੀ ਦਿੱਲੀ ਕੰਮ ਕਰਾਉਣ? ਇਹ ਵੀ ਤਾਂ ਉੱਥੇ ਗਿਆ ਸੀ। ਬੜੀ ਵਾਲੀ ਗੱਲ ਸੀ ਜਿਹੜੀ ਆ, ਮੈਨੂੰ ਯਾਦ ਆ ਗਈ, ਮੈਂ ਕਿਹਾ ਚੱਲ ਸਮਾਂ ਬਚਾ ਲਈਏ। ਅੱਛਾ, ਉੱਤਰਾਖੰਡ ਵਿਚਲੇ
गुरु नानक पातशाह ना संबंधित गुरद्वारा साहब दे विच नानक मत्ते दे कार सेवा वाला जिहड़ा बाबा है तरसेम सिंह दा दो बदमाशां ने गोलियां मार के कतल कीता है। की अपडेट है बाबा तरसेम सिंह जी? ये दिल्ली वाले बाबा हरबंस सिंह उन्हां दे डेरे जो संबंध रखदा आहा ते जिथे बाबा हरबंस सिंह होरां कोई भी अपना डेरा किते नहीं बनाया उथे इन्हें अपने स्कूल भी बनाया ते शायद कॉलेज बनाया उथे अपना हमेशा चर्चा च रहा सियासत करदा सी जिहड़ी भी सरकार आउंदी सी उहदे मुख्यमंत्री नूं सन्मानित करके उहदे नाल रहिंदा सी ठीक ठीक काफी नेता रखदा सी सियासी सीगा इहदे च इहदे करके सू बाबा हरबंस सिंह बहुत पसंद नहीं सी करदे वी तूं गलत कर साडा इह काम नहीं हैगा असीं स्कूल बनाया ना एग्जीबिशन दे दिओ काज बना दे एसीबी दे दो वो आपे चला रहे साडा कम नहीं है लेकिन ये हमेशा ही चर्चा च रहा चर्चा च रहन करके अज सवेरे 6:15 ते ये सैर करन तो बाद अपनी कुर्सी ते बैठा सीगा दो नौजवान मोटरसाइकिल ते आउंदे आ तो जो तो बंदूक सिद्धी कर दे ते उठ के खलो जांदा तो एक च गोलियां मार के भज जांदा बंदा उहदा वैसे मेहनती बंदा सी काफी नहीं गल नहीं चलो जे स्कूल अपना बनाया जिद्दां बनाया सी बच्चे नूं पढ़ाई तो उत्थे हुंदी सी लेकिन बाबा हरबंस सिंह दी जिहड़ी विचारधारा सी उहदे खिलाफ सी गल हुण इहनां ने उह उहनूं मार दित्ता ते मुड़ के पुलिस आई ते पुलिस ने अजे तक उहनां दो बदमाशां दा पता नहीं लगा सकी कौन सी कहिंदे जी डीएसपी थल्ले सैट बणाती आ उह अपनी कारवाई करदी हुण कारवाई किन्ना चिर चलदी इह नहीं पता लेकिन आने वाले समय से इस कतल कांड के कई प्रकार के रहस्य जरूर निकलने बिल्कुल बिल्कुल मैं ही कहने वाला सी कोई गल कटांगे कोई मैं भी गल करूंगा किथे उहदे नाल पर कंडांगा जरा शुरू अपन की कहानी एक्चुअली की हुई है जी कहानी कोई होर ही लग रही है पिछले जी डेफिनेटली सेवा करने वाले दे नाल इस तरह की कोई दुश्मनी रखने वाला कोई कौन हो सकता कुछ ना कुछ वो कुछ तो कुछ गड़बड़ है कुछ ना कुछ तो गड़बड़ है। अच्छा हुण आम आदमी पार्टी दे बारे जिहड़े ने वख-वख तरह दे बयानबाजियां छपनियां शुरू हो गईयां ने क्योंकि सरकार मैंबर पार्लीमेंट चुने जाने ने और हर एक बंदा जिहड़ा विरोधी वह कोई ना कोई तुहानूं पता कि हर चीज़ नूं लभदा है कि मैनूं कोई पॉइंट मिल जाए है ना साढ़े ना बजुर्गों ने कहावतां बड़ियां सोहणियां बणाईआं वह कहिंदे कुकड़ी खंघार नूं पैंदी है इह तां लभदा है कोई ना कोई सानूं मुद्दा लभे दूजिआं नूं विरोधियां नूं ठोकण वाला है ना बिल्कुल 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 कहे बले भी हो जाता कि छज तो बोले छाननी को बोले बस छाननी ज्यादा भुड़क भुड़क बिल्कुल वख वख तरह के बयान ने वख वख तरह दल बदलियां हो रही ने दल बदल तो बाद जिहड़ा है बयान बड़े पहला ही रटे रटाए मतलब तुहाडे वर्गे महारथी लिखे हुए ने जिवें तुसीं लिख के दिंदे हो ना आर्टिकल वड्डे वड्डे मुद्दिआं ते प्रधानां नूं है ना उस तरह इन्हां दे पहला जिहड़े स्क्रिप्ट लिख के रखण वाले जिहड़े परसनल सैकटरी रखी हुंदी है पार्टी बदलण वेले प्रधान साहब तुसीं आह बयान देना पार्टी तों बाद जे तुहानूं सवाल भी आउण। अच्छा परमिंदर ढींसा उहनां दा बयान है जी जी आम आदमी पार्टी पाणी दा बुलबुला है सरकार दा छेती भोग पै जावेगा किधरे उह 18 ते 30 नाल लिंक करके तां नहीं वेख रहे वी जिहड़े ढींसा साहब ने मिनी ढींसा जो दिल्ली च हो रहा वा वह भोग पैण वाले पासे हो रहा सब कुछ यह पानी का बुलबुला कि वे खत्म हो जाना बस खत्म होने की तैयारी है संकेत यही है क्योंकि भाजपा ना जारी है अपनी ढींसा प्रवादी भाजपा ना जारी तो हैगी है ना तो जे भाजपा ना जा रही है तो फिर कई अंदरूनी गल पता लग ही जाता इतने की होने वाला चावला साहब अज बकायदा तौर पर एक मीटिंग होंगी है तरन तरन हल्के लालजीत भुल्लर उम्मीदवार बनाए गए ने उसे दो मंत्री स्टेज से बैठे तो मैनू उतों फोन का साढ़े मुंडा एक टोटा है वह फोन अक्सर करता रहा वजिए मुंडा मैं तो बड़ा ठोक ठोक जवाब देता तो बड़ा कम किया आम आदमी पार्टी वास्ते कहिंदा भी 400 बंदा उस मीटिंग च 400 तों वध बंदा नहीं हैगा ते कहिंदे भी जदों पिछे लोकी गलां कढ़दे सी साडा सवारिया हुण तक की इन्हां ने
ਜਿਹੜੇ ਮੰਤਰੀ ਸਾਹਿਬ ਨੇ ਉਹ ਆਪਣੇ ਰਿਸ਼ਤੇਦਾਰਾਂ ਨੂੰ ਪਾਲਦੇ, ਬਾਕੀ ਦੀ ਕਿਸੇ ਨੂੰ ਪੁੱਛਦੇ ਨਹੀਂ। ਹੁਣ ਇੰਟਰਸਟਿੰਗ ਗੱਲ ਦੀ ਹਾਸੇ ਵਾਲੀ ਗੱਲ ਕੀ ਹੈ, ਕਹਿੰਦੇ ਜਿਹੜੇ ਉਮੀਦਵਾਰ ਨੇ ਲਾਲਜੀਤ ਭੁੱਲਰ ਉਹਨਾਂ ਨੂੰ ਬਾਥਰੂਮ ਆ ਗਿਆ ਤੂੰ ਚਲੇ ਗਏ ਉਧਰ ਨੂੰ, ਤੇ ਪਿਛਲੇ ਪਾਸੇ ਦੂਜੇ ਮੰਤਰੀ ਵੀ ਚਲੇ ਗਏ। ਜਦੋਂ ਚਲੇ ਗਏ ਤੇ ਲੋਕ ਖਿਸਕਣੇ ਸ਼ੁਰੂ ਹੋ ਗਏ। ਉਹ ਜਿਹਨੂੰ ਪੁੱਛੇ ਕਿੱਥੇ ਚੱਲਿਆ, ਉਹਨੇ ਮੈਂ ਬਾਥਰੂਮ ਚੱਲਿਆ ਜੀ, ਮੈਂ ਬਾਥਰੂਮ ਚੱਲਿਆ। ਉਹ ਜਿਹੜੀ ਗੈਸ ਹੋਈ ਉਹ ਉੱਠ ਕੇ ਚਲੇ ਗਈ। ਬੜੀ ਮੁਸ਼ਕਿਲ ਆ, ਥੋੜੇ ਜਿਹੇ ਬੰਦੇ ਭਾਈ ਸਾਡੀ ਗੱਲ ਤਾਂ ਸੁਣ ਜਾਓ ਤੁਸੀਂ, ਇਹ ਹਾਲਤ ਹੈ ਇਸ ਵੇਲੇ ਇਹਨਾਂ ਦੀ। ਤੇ ਜਿਹੜੇ ਬੰਦੇ ਨੇ ਭਲੇ ਵੇਲੇ ਦੇ ਵਿੱਚ ਜਦੋਂ ਇਹਨਾਂ ਦੀ ਕੋਈ ਹੋਣ ਨਹੀਂ ਸੀ ਹੈਗੀ ਉਦੋਂ ਕੰਮ ਕੀਤਾ ਹੋਵੇ, ਪਰਚੀਆਂ ਕੱਟੀਆਂ ਹੋਣੇ, ਲੋਕਾਂ 'ਚ ਗਿਆ ਹੋਵੇ, ਉਹ ਬੰਦਾ ਇਹ ਗੱਲ ਕਹਿੰਦਾ ਕਿੰਨਾ ਕੁ ਦੁਖੀ ਹੋਊਗਾ। 9058131320। ਅੱਛਾ, ਜਿਹੜਾ ਉਹ ਜਿਹੜਾ ਘੁਟਾਲਾ ਹੈ, ਉਹ ਘੁਟਾਲੇ ਨੇ ਕਈਆਂ ਨੂੰ ਆਪਣੇ ਕਲਾਵੇ 'ਚ ਲੈਣਾ, ਜਿਵੇਂ ਕਈ ਤਾਂ ਅੰਦਰ ਨੇ, ਕਈ ਅਜੇ ਅੰਦਰ ਹੋ ਸਕਦੇ ਨੇ। ਦਿੱਲੀ ਸ਼ਰਾਬ ਘੁਟਾਲੇ ਦਾ ਜਿਹੜਾ ਸੇਕ ਹੈ, ਇਹ ਐਕਸਾਈਜ਼ ਅਧਿਕਾਰੀਆਂ ਨੂੰ ਨੋਟਿਸ ਆ ਗਏ ਨੇ। ਇਹ ਪੰਜਾਬ ਤੱਕ ਵੀ, ਜਿਵੇਂ ਪੰਜਾਬ ਦਾ ਪਰਾਲੀ ਦਾ ਧੂੰਆਂ ਦਿੱਲੀ ਪਹੁੰਚ ਜਾਂਦਾ ਨਾ, ਹਰਿਆਣੇ ਨੂੰ ਪਾਰ ਕਰਕੇ ਉੱਤੋਂ ਦੀ ਟੱਪ ਜਾਂਦਾ, ਇਹ ਸਿੱਧਾ ਹੀ ਆ ਗਿਆ। ਬਿਲਕੁਲ 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 ਤੁਹਾਡੀ ਗੱਲ ਠੀਕ ਹੈ। ਹਰਿਆਣੇ 'ਚ ਖਲੋਤਾ ਹੀ ਨਹੀਂ ਹੈਗਾ, ਸਿੱਧਾ ਇੱਥੇ ਆ ਗਿਆ। ਮੈਂ ਕਿਹਾ ਉਹਦੇ ਉੱਤੇ ਵੇਖੋ, ਸੁਨੀਲ ਜਾਖੜ ਦਾ ਵੀ ਬਿਆਨ ਆ ਗਿਆ। ਸੁਨੀਲ ਜਾਖੜ ਨੇ ਵੀ ਕਹਿਤਾ ਵੀ ਦਿੱਲੀ 'ਚ ਨਾ ਮਾਤਰ ਤੁਸੀਂ ਪੰਜਾਬ 'ਚ ਕੱਢੋ ਸੀ, ਕਿੱਡਾ ਵੱਡਾ ਘੁਟਾਲਾ ਨਿਕਲਦਾ ਹੈ। ਅੱਜ ਦੀ ਡੇਟ ਦੇ ਵਿੱਚ ਮੁੱਖ ਮੰਤਰੀ ਤੋਂ ਸਿਵਾਏ ਜਿੰਨੇ ਮੰਤਰੀ ਆ ਦੋਹੀ ਇੱਥੇ ਲੱਗੇ ਆ। ਜਿਹੜੀ ਮੈਂ ਤੁਹਾਨੂੰ ਵੀਡੀਓ ਦੀ ਗੱਲ ਕਰਦਾ ਭੇਜ ਦੂ ਇਹਨਾਂ ਦੇ ਲੀਡਰਾਂ ਦੀ, ਉਹ ਕਹਿੰਦੇ ਸਾਡਾ ਨਾ ਕੋਈ ਵਿਧਾਇਕ ਤੇ ਨਾ ਕੋਈ ਮੰਤਰੀ ਪੈਸੇ ਦੀ ਕੰਮ, ਪੈਸੇ ਲਿਆਉਣ ਤੋਂ ਬਗੈਰ ਕੰਮ ਨਹੀਂ ਜੀ ਕਰਦਾ। ਪਰ ਮੈਂ ਨੀ ਕਹਿ ਰਿਹਾ, ਤਾਂ ਵੀਡੀਓ ਭੇਜ ਦੂ। ਤੇ ਜੇ ਉਹ ਇੰਨੀ ਗੱਲ ਦਰਦੀਦਾ ਦਰਦੀਦਾ ਕਹਿੰਦੇ ਤੇ ਕੋਈ ਮਾੜੀ ਮੋਟੀ ਗੱਲ ਸਹੀ ਹੋਊਗੀ, ਅੱਧੀ ਵੀ ਹੋਵੇ ਤੇ ਉੱਥੇ ਸਮਝ ਗੱਲ ਹੈ ਨਾ ਕੋਈ ਗੱਲ ਬਾਤ। ਇਸ ਕਰਕੇ ਪੰਜਾਬ ਦੇ ਵਿੱਚ ਘੁਟਾਲਾ ਇਹ ਵੱਡਾ ਨਿਕਲੇਗਾ। ਪੰਜਾਬ ਦੇ ਵਿੱਚ ਜਿਹੜੀ ਇਹਨਾਂ ਨੇ ਵਧਾਈ ਨਾ ਰੇਸ਼ੋ ਦੀ, ਮਾਰਜਿਨ ਦੀ, 5 ਤੋਂ ਲੈ ਕੇ 11 ਤੱਕ ਕੀਤੀ, ਉਹ ਵੱਡਾ ਘੁਟਾਲਾ ਨਿਕਲਣਾ ਨਿਕਲਣਾ ਵਾ। ਲੇਕਿਨ ਭਾਵੇਂ ਮਾਨ ਸਾਹਿਬ ਦੁਖੀ ਹੋਣ, ਮੈਂ ਨਹੀਂ ਕਹਿੰਦਾ ਮਾਨ ਸਾਹਿਬ ਦੇਖ ਜਾਣ, ਮਾਨ ਭਾਵੇਂ ਦੁਖੀ ਹੋਣ ਪਰ ਪੇਸ਼ ਕੋਈ ਨਹੀਂ ਜਾਂਦੀ, ਅਗਲੀ ਜਾ ਨਹੀਂ ਦਿੰਦੇ। ਜੇ ਇਹਨਾਂ ਦੇ MLA ਜਾ ਕੇ ਦਿੱਲੀਓ ਕੰਮ ਕਰਾਉਣ ਜਾਂਦੇ ਆ ਤੇ ਫਿਰ ਮੰਤਰੀ ਦੀ, ਮੁੱਖ ਮੰਤਰੀ ਦੀ ਕੀ ਹੈਸੀਅਤ ਰਹਿ ਗਈ? ਬਿਲਕੁਲ ਸਹੀ ਕਹਿ ਰਹੇ ਹੋ। ਇਸੇ ਕਰਕੇ ਉਹਨਾਂ ਨੇ ਇੰਨੀ ਬਿਆਨ ਦਿੱਤਾ ਸੀ, ਵੇਖੋ ਜੀ ਤੁਸੀਂ ਕੇਜਰੀਵਾਲ ਨੂੰ ਬੰਦ ਕਰ ਸਕਦੇ, ਸੋਚ ਨੂੰ ਬੰਦ ਨਹੀਂ ਕਰ ਸਕਦੇ। ਇਹਦੂ ਬਾਅਦ ਮਾਨਸਾ ਦਾ ਕੋਈ ਬਿਆਨ ਨਹੀਂ ਸੀ। ਬੈਠ ਸਵਾ ਨਵਾਂ ਇੱਕ ਚਿਹਰਾ ਹੈ ਤਾਂ ਪੁਰਾਣਾ ਹੀ, ਨਵਾਂ ਰੰਗ ਹੈ। ਅਦਾਕਾਰ ਗੋਵਿੰਦਾ ਬਣੇ ਨੇ ਮਹਾਰਾਸ਼ਟਰ 'ਚ ਸ਼ਿਵ ਸੈਨਾ ਦਾ, ਸ਼ਿੰਦੇ ਦਾ ਸਹਾਰਾ। ਹਾਂਜੀ, ਬਾਲ ਠਾਕਰੇ ਅਤੇ ਸ਼ਿੰਦੇ ਦੀ ਸਿੰਘ ਫਸੇ ਹੋਏ ਨੇ, 14 ਸਾਲਾਂ ਬਾਅਦ ਸਿਆਸਤ ਪਰਤੇ ਨੇ ਜਨਾਬ, ਕੀ ਕਹਿਣਾ ਚਾਹੋਗੇ? ਵੇਖੋ, ਅਭਿਨੇਤਾ ਗੋਵਿੰਦਾ ਜਿਹੜੇ ਨੇ 2004 ਦੇ ਵਿੱਚ ਇੱਕ ਭਾਜਪਾ ਨੇਤਾ ਨੂੰ ਹਰਾ ਕੇ ਤੇ MP ਬਣੇ ਸੀ ਤੇ 2009 ਤੱਕ ਰਹੇ ਹੋ, ਉਸ ਤੋਂ ਬਾਅਦ ਸਿਆਸਤ ਤੋਂ ਸੰਨਿਆਸ ਲੈ ਲਿਆ ਤੇ 14 ਸਾਲ ਸੰਨਿਆਸ ਤੇ ਰਹੇ। ਅੱਜ ਉਹਨਾਂ ਬਕਾਇਦਾ ਤੌਰ ਤੇ ਹੋ ਸਕਦਾ ਭਾਜਪਾ ਦੇ ਪ੍ਰੈਸ਼ਰ ਥੱਲੇ ਜਾਂ ਕਿਸੇ ਹੋਰ ਦੇ ਪ੍ਰੈਸ਼ਰ ਥੱਲੇ ਉਹਨਾਂ ਜਿਹੜੀ ਛਿੰਦੇ ਦੀ ਹੈਗੀ ਆ ਸ਼ਿਵ ਸੈਨਾ ਉਹਦੇ ਵਿੱਚ ਜੁਆਇਨ ਕਰ ਲਈ ਤੇ ਮੇਰੇ ਖਿਆਲ ਵੈਸਟ ਬੰਬੇ ਤੋਂ ਉਹਨਾਂ ਨੂੰ ਟਿਕਟ ਦਿੱਤੀ ਜਾ ਰਹੀ ਹੈ ਵੀ ਤੁਸੀਂ ਚੋਣ ਲੜੋ ਇੱਥੇ। ਇਸ ਵੇਲੇ ਜਿਹੜੀ ਭਾਜਪਾ ਹੋਈ ਜਾਂ ਜਿੰਨੇ ਵੀ ਸਾਡੀਆਂ ਪਾਰਟੀਆਂ ਨੇ ਉਹ ਲੱਭਦੀਆਂ ਸੈਲੀਬ੍ਰਿਟੀ ਲੇਬਰ, ਜਿਹੜੇ ਨੌਜਵਾਨ ਦਿਲਾਂ ਦੀ ਧੜਕੋ, ਉਹਨਾਂ ਨੂੰ ਖੜਾ ਕਰੋ ਤਾਂ ਕਿ ਵੋਟ ਮਿਲ ਸਕੇ। ਅਰੁਣ ਗੋਇਲ ਜਿਹੜਾ ਰਾਮਲੀਲਾ ਦਾ ਰਾਮ ਸੀਗਾ, ਰਮਾਇਣ ਦਾ ਰਾਮ ਸੀਗਾ, ਉਹਨੂੰ ਇੱਕ ਪੱਤਰਕਾਰ ਕਹਿੰਦਾ ਜੀ ਆਮ ਲੋਕਾਂ ਚ ਚਰਚਾ ਇਹ ਆ ਵੀ ਫਾਰ ਐਗਜਾਮਪਲ ਤੁਸੀਂ ਇੱਥੇ ਜਿੱਤ ਜਾਂਦੇ ਹੋ, ਕੀ ਤੁਸੀਂ ਮੁੜ ਕੇ 5 ਸਾਲ ਦੇ ਆਪਣੀ ਸ਼ਕਲ ਵਿਖਾਓਗੇ ਕਿ ਨਹੀਂ ਵਿਖਾਓਗੇ? ਬਿਲਕੁਲ ਸਹੀ। ਉਹ ਅੱਗੇ ਪਿਆਰ ਨਾਲ ਬੜੇ ਪਿਆਰ ਨਾਲ ਕਹਿੰਦਾ ਜੇ ਤੂੰ ਸਮਾਂ ਹੀ ਬਤਾਏਗਾ ਜੀ ਤੇ ਸ਼ਕਲ ਦਿਖਾਤਾ ਕਿਸੇ ਦਿਖਾਤਾ। ਪਾਟੀ ਸਾਹਿਬ ਸਮਾਂ ਓਵਰ ਹੋ ਗਿਆ। ਕੰਗਨਾ ਰਣੌਤ ਨੇ ਉਰਮਿਲਾ ਮਾਤੋਂਡਕਰ ਤੇ ਐਲੀਗੇਸ਼ਨ ਲਾ ਦਿੱਤੇ ਨੇ, ਔਰ ਤੁਸੀਂ ਸੈਲੀਬ੍ਰਿਟੀ ਦੀ ਲੱਭਦੇ ਗੱਲ ਕਰਦੇ ਹੋ, ਵੈਸੇ ਤਾਂ ਕਾਫੀ ਸਮੇਂ ਤੋਂ ਭਾਰਤ ਵਿੱਚ ਹੀ ਹੈ ਸਨੀ ਲਿਓਨੀ, ਜੇਕਰ ਦੂਜੀਆਂ ਪਾਰਟੀਆਂ ਕਿਤੇ ਪੁਰਚਕਾ ਪੁਰਚਕੂ ਕੇ ਉਹਦੇ ਮੁਕਾਬਲੇ 'ਤੇ ਖੜੀ ਕਰ ਦੇਣ ਇਹਨੂੰ, ਹਾਂਜੀ, ਕੰਗਨਾ ਰਣੌਤ ਦੇ ਸਾਹਮਣੇ ਸਨਮਾਨ ਤਾਂ ਬੜਾ ਮਿਲਿਆ ਉਹਨੂੰ, ਇੱਜ਼ਤ ਮਾਣ ਬੜੀ ਮਿਲੀ ਹੈ, ਬੜੇ ਵੱਡੇ ਅਵਾਰਡ ਮਿਲੇ ਨੇ, ਫਿਲਮਾਂ ਦੇ ਵਿੱਚ ਮਿਲੇ ਨੇ, ਸਵੀਕਾਰ ਹੀ ਕਰ ਲਿਆ ਨਾ ਭਾਰਤੀਆਂ ਨੇ ਉਹਨੂੰ। ਬਿਲਕੁਲ ਕਰ ਲਿਆ। ਤੇ ਕਿਤੇ ਕੰਗਨਾ ਰਣੌਤ ਦੇ ਸਾਹਮਣੇ ਸਨੀ ਲਿਓਨੀ ਨੂੰ ਖੜਾ ਕਰ ਦੇਣ ਤੇ ਮੁਕਾਬਲਾ ਤਾਂ ਬੜਾ ਰੌਚਕ ਹੋਊਗਾ।
ਬਿਲਕੁਲ 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 ਮੈਂ ਕਹਿੰਦਾ ਨਾਲੇ ਪੱਤਰਕਾਰਾਂ ਦੀ ਬੱਲੇ ਬੱਲੇ ਨਾਲੇ ਨਜ਼ਾਰੇ ਰੋਜ਼ ਨਵੀਆਂ ਖਬਰਾਂ ਬਿਲਕੁਲ 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 ਚਾਹੀਦਾ ਵੈਸੇ ਚਾਹੀਦਾ ਕਿਸੇ ਪਾਰਟੀ ਨੂੰ ਅਪਰੋਚ ਕਰਕੇ ਜੇ ਉਹਨੇ ਇੰਡੀਅਨ ਸਿਟੀਜ਼ਨ ਲੈ ਲਈ ਹੈ ਤੇ ਹਨਾ ਬਿਲਕੁਲ ਠੀਕ ਹੈ ਗੱਲ ਜੀ ਬਿਲਕੁਲ ਠੀਕ ਹੈ ਉਹਨੂੰ ਆਜ਼ਾਦ ਖੜੀ ਕਰ ਦਿਓ ਤਾਂ ਵੀ ਜਿੱਤ ਜਾਣਾ ਬੀਬੀ ਦੀ ਜ਼ਮਾਨਤ ਜ਼ਬਤ ਹੋ ਜਾਣੀ ਇਹਦੀ ਬਿਲਕੁਲ ਠੀਕ ਹੈ ਮਿਹਰਬਾਨੀ ਸੋ ਨਾਈਸ ਸਰ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸੀ ਜਮਾਰ 1320 ਮੀਟਰ ਬੈਂਡ ਇਹ ਸਨ ਸਰਦਾਰ ਜਸਵੀਰ ਸਿੰਘ ਜੀ ਪੱਟੀ ਭੁੱਲਾ ਚੁੱਕਾ ਦੀ ਮਾਫ਼ੀ ਸ਼ਾਮ ਨੂੰ ਫਿਰ ਤੁਹਾਡੇ ਲਈ ਹਾਜ਼ਰ ਹੋਵਾਂਗੇ ਸਭ ਕੁਝ ਠੀਕ ਠਾਕ ਰਿਹਾ ਤਦ ਤੱਕ ਲਈ ਦੁਆਵਾਂ ਯਾਦ ਰੱਖਣਾ ਰੱਬ ਰਾਖਾ ਸਤਿ ਸ਼੍ਰੀ ਅਕਾਲ ਯੂ ਆਰ ਲਿਸਨਿੰਗ ਟੂ ਸੀ ਐਨ ਐਨ ਟੋਰਾਂਟੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ